ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਹੈ। ਕਿਸਾਨ ਜਥੇਬੰਦੀਆਂ ਦੇ ਵਿਚਾਲੇ ਖਿੱਚੋਤਾਣ ਬਰਕਰਾਰ ਹੈ। ਉਗਰਾਹਾਂ ਦਾ ਪੰਧੇਰ ਤੇ ਡੱਲੇਵਾਲ ਨੂੰ ਸਵਾਲ ਹੈ ਔਰ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ। ਸਵਾਲ ਪੁੱਛਿਆ ਹੈ ਪੰਧੇਰ ਦੀ ਜਥੇਬੰਦੀ ਕਦੇ ਵੀ SKM ਦੇ ਵਿੱਚ ਸ਼ਾਮਿਲ ਨਹੀਂ ਰਹੀ, ਉਹਨਾਂ ਨੇ ਕਿਹਾ ਹੈ। ਉਲਟਾ ਪੰਧੇਰ ਨੇ ਇੱਕ ਹੋਰ ਮੋਰਚਾ ਬਣਾ ਲਿਆ। ਪਹਿਲਾਂ SKM ਇੱਕ ਸੀ, ਹੁਣ ਤਿੰਨ ਮੋਰਚੇ ਬਣਾ ਦਿੱਤੇ ਗਏ ਨੇ। ਉਗਰਾਹਾਂ ਨੇ ਕਿਹਾ ਹੈ ਡੱਲੇਵਾਲ ਨੇ SKM ਤੋੜ ਕੇ ਦੂਜਾ ਮੋਰਚਾ ਕਿਉਂ ਬਣਾਇਆ ਹੈ, ਕਿ ਅੰਦੋਲਨ ਉਹੀ ਹੈ ਜੋ ਤੁਹਾਡੀ ਕਮਾਂਡ ਹੇਠਾਂ ਲੜਿਆ ਜਾਵੇਗਾ। ਜੇ ਪ੍ਰੋਗਰਾਮ ਉਲੀਕਣ 'ਚ ਗਲਤੀ ਹੋਈ ਹੈ ਤਾਂ ਅਹਿਸਾਸ ਕਰੋ। MSP ਗਰੰਟੀ ਕਾਨੂੰਨ ਦੀ ਮੰਗ ਤਿੰਨੋਂ ਕਾਨੂੰਨਾਂ ਦੇ ਨਾਲੋਂ ਸੈਂਕੜੇ ਗੁਣਾ ਵੱਡੀ ਗੱਲ ਹੈ। ਅਸੀਂ ਪੰਧੇਰ ਤੇ ਡੱਲੇਵਾਲ ਨੂੰ ਤਿੰਨ ਨੁਕਤਿਆਂ ਵਾਲੀ ਚਿੱਠੀ ਸੌਂਪੀ ਹੈ ਔਰ ਸਟੇਜਾਂ ਤੋਂ ਨੌਜਵਾਨਾਂ ਨੂੰ ਉਕਸਾਉਣ ਵਾਲਿਆਂ ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਅਸੀਂ ਜਵਾਨੀ ਪੁਲਿਸ ਦੀ ਗੋਲੀ ਦੇ ਨਾਲ ਮਰਨ ਨੂੰ ਨਹੀਂ ਜੰਮੇ, ਉਗਰਾਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਤਾਂ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਇਹ ਸਾਰੇ ਸਵਾਲ ਕੀਤੇ ਗਏ। ਪੰਧੇਰ ਪੰਨੂ ਦੀ ਜਥੇਬੰਦੀ ਹਮੇਸ਼ਾ ਸੰਯੁਕਤ ਮੋਰਚੇ ਤੋਂ ਵੱਖ ਰਹੀ ਹੈ। ਸੰਯੁਕਤ ਮੋਰਚੇ 'ਚ ਕਦੇ ਸ਼ਾਮਲ ਨਹੀਂ ਵੀ। ਪਹਿਲਾਂ ਸੰਯੁਕਤ ਮੋਰਚਾ ਇੱਕ ਸੀ, ਇਹ ਤਿੰਨ ਕਿਉਂ ਬਣ ਗਏ? ਤਿੰਨ ਕਿਹਦੇ ਬਣਾਤੇ? ਡੱਲੇਵਾਲ ਸਾਹਿਬ ਸੰਯੁਕਤ ਮੋਰਚੇ ਦਾ ਹਿੱਸਾ ਰਹੇ ਨੇ, ਉਹਨਾਂ ਨੇ ਵੱਖਰਾ ਮੋਰਚਾ ਕਿਉਂ ਬਣਾ ਲਿਆ? ਪੰਧੇਰ ਸਾਹਿਬ ਸੰਯੁਕਤ ਮੋਰਚੇ ਦਾ ਪਾਰਟ ਹੀ ਨਹੀਂ ਰਹੇ, ਉਹਨਾਂ ਨੇ ਇੱਕ ਮੋਰਚਾ ਹੋਰ ਤਾਂ ਬਣਾ ਲਿਆ, ਉਹ ਸ਼ਾਮਿਲ ਕਿਉਂ ਨਹੀਂ ਹੋਏ? ਗੱਲ ਸਵਾਲ ਕਿਉਂ ਉੱਠਿਆ? ਜਿੰਨੇ ਤੁਸੀਂ ਬੈਠੇ ਹੋ ਤੁਸੀਂ ਜਥੇਬੰਦਕ ਲੋਕ ਹੋ, ਜਿਹੜੇ ਖੁੰਡਾਂ 'ਤੇ ਬੈਠੇ ਨੇ ਜਿਨ੍ਹਾਂ ਨੇ ਕਦੇ ਮੋਰਚੇ 'ਚ ਨਹੀਂ ਆਉਣਾ, ਉਹਨਾਂ ਵੱਲੇ ਇੱਕ ਗੱਲ ਆ ਰਹੀ ਹੈ ਕਿ ਜੇ ਦਿੱਲੀ ਦਾ ਮੋਰਚਾ ਜਦੋਂ ਜਿੱਤ ਲਿਆ ਸੀ ਕਿ ਇੱਕ ਹਫ਼ਤਾ ਹੋਰ ਬਹਿ ਜਾਂਦੇ, 10 ਦਿਨ ਹੋਰ ਬਹਿ ਜਾਂਦੇ, MSP ਦਾ ਗਰੰਟੀ ਕਾਨੂੰਨ ਬਣ ਕੇ ਸਾਡੇ ਹੱਥ 'ਚ ਆ ਜਾਣਾ। ਕਰ ਰਹੇ ਹੋ ਜਦ ਵੀ ਦਿੱਲੀ, ਤੁਸੀਂ ਦਿੱਲੀ ਕਿਉਂ ਨਹੀਂ ਗਏ? ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਬਾਈ, ਤੁਸੀਂ ਪੁੱਛਿਓ ਮੜ ਜਾ ਅੰਦਰ ਝਾਤੀ ਮਾਰ ਕੇ। 2021 ਦੇ ਵਿੱਚ ਆਪਾਂ ਦਿੱਲੀ ਚਲੇ ਗਏ ਸੀ ਕਿਤੇ? ਮੈਨੂੰ ਤਾਂ ਨਹੀਂ ਭੁਲੇਖਾ, ਮੈਨੂੰ ਤਾਂ ਲੱਗਦਾ ਦਿੱਲੀ ਤਾਂ ਆਪਾਂ ਉਦੋਂ ਵੀ ਨਹੀਂ ਜਾਣ ਦਿੱਤੇ ਜਦੋਂ ਮੋਰਚਾ ਜਿੱਤ ਕੇ ਲਿਆ। ਫਿਰ ਆਹ ਜਿਹੜਾ ਮੋਰਚਾ 13 ਤਰੀਕ ਨੂੰ ਸ਼ੁਰੂ ਕੀਤਾ ਹੈ, ਇਹ ਕਿਸੇ ਦਿਨ ਦਿੱਲੀ ਗੇੜਾ ਮਾਰਿਆ? ਦਿੱਲੀ ਤਾਂ ਵੀ ਨਹੀਂ ਗਏ? ਜਦੋਂ ਆਪਾਂ ਉੱਥੋਂ ਦਿੱਲੀ ਦੀਆਂ ਸਰਹੱਦਾਂ 'ਤੇ ਹਰਿਆਣੇ 'ਚ ਬੈਠੇ ਸੀ, ਕੀ ਉਦੋਂ ਪੰਜਾਬ ਦੇ ਵਿੱਚ ਮੋਰਚੇ ਚੱਲ ਨਹੀਂ ਸੀ ਰਹੇ? ਜੇ ਉਹ ਮੋਰਚੇ ਚੱਲ ਰਹੇ ਸੀ, ਕੀ ਉਸ ਅੰਦੋਲਨ ਨੂੰ ਇਹਨਾਂ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਸੀ ਹੋ ਰਿਹਾ? ਇਹ ਗੱਲਾਂ ਕਿਉਂ ਦੱਬ ਕੇ ਰਹੇ ਹਾਂ ਬਾਈ? ਅੱਜ ਜੇ ਤੁਸੀਂ ਸਰਹੱਦਾਂ 'ਤੇ ਲੜ ਰਹੇ ਹੋ, ਸਿੰਘੂ ਬਾਰਡਰ 'ਤੇ ਬੈਠੇ ਹੋ, ਖਨੌਰੀ ਬਾਰਡਰ 'ਤੇ ਤੁਸੀਂ ਬੈਠੇ ਹੋ, ਤਾਂ ਜਿਹੜੇ ਪੰਜਾਬ ਦੇ ਵਿੱਚ ਲੱਗ ਰਹੇ ਹੋ ਰਹੇ ਅੰਦੋਲਨ ਨੇ, ਇਹ ਵਿਅਰਥ ਨੇ? ਇਹਨਾਂ ਦਾ ਕੋਈ ਮਤਲਬ ਨਹੀਂ। ਬਸ ਅੰਦੋਲਨ ਉਹੀ ਹੈ ਜਿਹੜਾ ਤੁਹਾਡੇ ਵਿੱਚ ਆ ਕੇ ਅਤੇ ਤੁਹਾਡੀ ਕਮਾਂਡ ਦੇ ਹੇਠਾਂ ਆ ਕੇ ਲੜਿਆ ਜਾਊਗਾ, ਉਸੇ ਨੂੰ ਅੰਦੋਲਨ ਕਹਿੰਦੇ ਆ। ਜਿਹਨੇ ਵਿੱਢ ਲਿਆ ਕੋਈ ਪ੍ਰੋਗਰਾਮ, ਅੰਦਾਜ਼ੇ ਤੋਂ ਵੱਡਾ ਵਿੱਢ ਲਿਆ, ਗਲਤੀ ਹੋ ਗਈ, ਤੁਸੀਂ ਬੇਨਤੀ ਤਾਂ ਕਰੋ ਵੀ ਬਾਈ ਆਓ ਵਖਰੇਵੇਂ ਦੇਖ ਲਾਂਗੇ ਮਗਰੋਂ।
ਐਂ ਆਪਾਂ ਤੋਂ ਅੱਡੋ ਅੱਡੀ ਹੋ ਕੇ ਲੜਿਆ ਨਹੀਂ ਜਾਣਾ। ਇਹ ਝਿਜਕ ਕਾਹਦੀ ਹੈ? ਆਹ ਤਿੰਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਤੇ ਸਾਰੀਆਂ ਨੂੰ ਪੱਲੂ ਪਾ ਕੇ ਬੇਨਤੀ ਕੀਤੀ ਹੈ ਬਈ ਜਿਹੜਾ ਆ ਸਕਦਾ ਆ ਜੋ। ਆਹ ਕਿਰਤੀ ਵਾਲੇ ਸਾਥੀਆਂ ਨੇ ਫੈਸਲਾ ਕਰਕੇ ਖੁੱਲ੍ਹ ਦਿਲੀ ਦਿਖਾਈ ਹੈ, ਇਹਨਾਂ ਨੇ ਰਾਤ ਹੀ ਫੈਸਲਿਆਂ ਲਾਇਆ ਵੀ ਅਸੀਂ ਵੀ ਆ ਗਏ। ਤੁਹਾਨੂੰ ਤਿੰਨ ਨੁਕਤੇ ਦਿੱਤੇ ਨੇ ਬਾਈ, ਆਹ ਲਿਖਤੀ ਚਿੱਠੀ ਫੜਾ ਕੇ ਆਇਆ ਪੰਧੇਰ ਨੂੰ, ਡੱਲਿਆ ਦੇ ਫਰੰਟ ਨੂੰ ਆਹ ਚਿੱਠੀ ਦੇ ਕੇ ਆਇਆ ਕਿ ਜੇ ਮੁੜ ਕੇ ਸੰਯੁਕਤ ਮੋਰਚਾ ਸੁਰਜੀਤ ਕਰਨਾ ਤਿੰਨ ਗੱਲਾਂ ਦਾ ਧਿਆਨ ਕਰ ਲਓ। 26 ਜਨਵਰੀ ਦੀ ਕੀਤੀ ਹੋਈ ਗਲਤੀ ਦਾ ਅਹਿਸਾਸ ਕਰ ਲਓ। ਡੱਲੇਵਾਲ ਨੇ ਦੂਜਾ ਮੋਰਚਾ, ਸੰਯੁਕਤ ਮੋਰਚਾ ਤੋੜ ਕੇ ਦੂਜਾ ਮੋਰਚਾ ਕਿਉਂ ਬਣਾਇਆ, ਇਹਦਾ ਅਹਿਸਾਸ ਕਰ ਲਓ ਵੀ ਸਾਤੋਂ ਗਲਤ ਹੋ ਗਿਆ। ਦੋ ਨੁਕਤੇ ਇਹ ਨੇ। ਤੀਜਾ ਨੁਕਤਾ ਇਹ ਹੈ ਕਿ ਉਹ ਗੱਲਾਂ ਦਾ ਧਿਆਨ ਰੱਖੋ ਜਿਹਦੇ ਨਾਲ ਮੋਰਚਾ ਦਿੱਤਾ ਗਿਆ, ਕਿ ਮੋਰਚੇ ਦੇ ਵਿੱਚ ਫਿਰਕਾ ਪ੍ਰਸਤ ਮਾਰਕੇਬਾਜ਼ੀ ਤੇ ਹੁੱਲੜਬਾਜ਼ੀ ਤੇ ਰਾਜਸੀ ਧਿਰਾਂ ਨੂੰ ਪਾਸੇ ਰੱਖ ਕੇ ਲੜੀ ਜਾ ਲੜਾਈ ਲੜੀ ਜਾਵੇ। ਕਰ ਦਿਓ, ਐਂ ਕਰ ਦਿਓ। ਇਹ ਜਵਾਨੀ ਪੁਲਿਸ ਦੀਆਂ ਗੋਲੀਆਂ ਨਾਲ ਮਰਨ ਵਾਸਤੇ ਤਾਂ ਨਹੀਂ ਅਸੀਂ ਨੇ ਜੰਮੀ ਬਈ। ਕੱਲਾ ਕੱਲਾ ਪੁੱਤ ਹੈ, ਭੈਣਾਂ ਬੈਠੀਆਂ ਨੇ, ਅੱਧਾ ਘੰਟਾ ਲੇਟ ਹੋ ਜੇ ਸ਼ਾਮ ਨੂੰ ਗਲ ਵਿੱਚ ਦੀ ਬੁਰਕੀ ਨਹੀਂ ਲੰਘਦੀ, ਜਿਹਦਾ ਮੁੜ ਕੇ ਆਉਣਾ ਹੀ ਨਹੀਂ ਉਹਨੂੰ 1 ਕਰੋੜ ਜਾਂ 10 ਕਰੋੜ ਤੇ 100 ਕਰੋੜ ਦਾ ਕੀ ਫਿਲੇਸ ਹੈ? ਦੇਖੋ ਇਹ ਠੀਕ ਹੈ, ਬੇਬਸੀ ਜੀ ਸਾਰਾ ਕੁਛ ਹੁੰਦਾ, ਲੱਗਦੀਆਂ ਨੇ, ਪਰ ਇੱਕ ਸਾਥੀ